ਥੈਂਕ ਯੂ ਥੈਂਕ ਯੂ ਥੈਂਕ ਯੂ ਥੈਂਕ ਯੂ ਥੈਂਕ ਯੂ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਇਨੀ ਦਿਨੀ ਆਪਣੀ ਫਿਲਮ ਚਮਕੀਲਾ ਦੀ ਸ਼ੂਟਿੰਗ ਕਰ ਰਹੇ ਹਨ ਫਿਲਮ ਦੇ ਸੈੱਟ ਤੋਂ ਦਿਲਜੀਤ ਦੋਸਾਂਝ ਦੀ ਲੁੱਕ ਸਾਹਮਣੇ ਆ ਰਹੀ ਹੈ ਜੋ ਬੇਹਦ ਹੁਬਹੂ ਚਮਕੀਲੇ ਵਰਗੀ ਲੱਗ ਰਹੀ ਹੈ ਉੱਥੇ ਹੀ ਹਾਲ ਹੀ ਵਿੱਚ ਦਿਲਜੀਤ ਦੋਸਾਂਝ ਨੇ ਚਮਕੀਲਾ ਫਿਲਮ ਵਿੱਚ ਅਮਰਜੋਤ ਦਾ ਕਿਰਦਾਰ ਨਿਭਾ ਰਹੀ ਅਦਾਕਾਰਾ ਪਰਿਨੀਤੀ ਚੋਪੜਾ ਦੀ ਰੱਜ ਕੇ ਤਾਰੀਫ਼ ਕੀਤੀ ਹੈ ਦਿਲਜੀਤ ਦੋਸਾਂਝ ਨੇ ਲਿਖਿਆ ਫਿਲਮ ਵਿੱਚ ਕਮਾਲ ਕੰਮ ਕੀਤਾ ਪ੍ਰਨੀਤੀ ਜੀ ਨੇ ਆ ਵਿਸ਼ਵਾਸਯੋਗ ਉਤੇ ਹੀ ਪ੍ਰਨੀਤੀ ਨੇ ਵੀ ਦਿਲਜੀਤ ਦਸਾਂਝ ਦੀ ਪੋਸਟ ਤੇ ਪ੍ਰਤੀਕਿਰਿਆ ਦਿੱਤੀ ਹੈ ਪ੍ਰਨੀਤੀ ਨੇ ਲਿਖਿਆ ਸਭ ਤੋਂ ਵਧੀਆ ਮੁੰਡਾ ਬਹੁਤ ਸਾਰਾ ਪਿਆਰ ਮੇਰੇ ਚਮਕੀਲਾ ਪ੍ਰਨੀਤੀ ਨੇ ਇਸ ਤੋਂ ਬਾਅਦ ਇੱਕ ਹੋਰ ਪੋਸਟ ਸਾਂਝੀ ਕੀਤੀ ਅਤੇ ਲਿਖਿਆ ਇਮਤੀਆਜ਼ ਸਰ ਦਿਲਜੀਤ ਤੇ ਟੀਮ ਚਮਕੀਲਾ ਮੇਰੀ ਜ਼ਿੰਦਗੀ ਹਮੇਸ਼ਾ ਲਈ ਬਦਲ ਗਈ ਹੈ ਸਭ ਤੋਂ ਸ਼ਾਨਦਾਰ ਕ੍ਰਿਊ ਤੇ ਤਜਰਬਾ ਸ਼ਾਂਤੀ ਖੁਸ਼ੀ ਮੈਡੀਟੇਸ਼ਨ ਪੰਜਾਬ ਇਸ ਨੂੰ ਕਦੇ ਵੀ ਭੁੱਲ ਨਹੀਂ ਸਕਦੀ ਤੁਹਾਨੂੰ ਦੱਸ ਦੇਈ ਕਿ ਦਿਲਜੀਤ ਦੋਸਾਂਝ ਅਤੇ ਪ੍ਰਨੀਤੀ ਚੋਪੜਾ ਦੀ ਇਸ ਫਿਲਮ ਨੂੰ ਮਸ਼ਹੂਰ ਬਾਲੀਵੁੱਡ ਡਾਇਰੈਕਟਰ ਇਮਤੀਆਜ਼ ਅਲੀ ਡਾਇਰੈਕਟ ਕਰ ਰਹੇ ਹਨ। ਉੱਥੇ ਹੀ ਫਿਲਮ ਇਸੇ ਸਾਲ ਰਿਲੀਜ਼ ਹੋਣ ਦੀ ਉਮੀਦ ਹੈ। ਬਾਕੀ ਤੁਸੀਂ ਦਿਲਜੀਤ ਦੋਸਾਂਝ ਅਤੇ ਪ੍ਰਨੀਤੀ ਚੋਪੜਾ ਦੀ ਜੋੜੀ ਬਾਰੇ ਕੀ ਕਹਿਣਾ ਚਾਹੋਗੇ ਆਪਣੀ ਰਾਏ ਕਮੈਂਟ ਸੈਕਸ਼ਨ ਦੇ ਵਿੱਚ ਕਮੈਂਟ ਕਰ ਜ਼ਰੂਰ ਦੱਸਣਾ। ਆਪਾਂ ਫਿਰ ਮਿਲਦੇ ਹਾਂ ਨਵੀਂ ਵੀਡੀਓ ਦੇ ਨਾਲ।